ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਵਾਰਡ ਨੰਬਰ 7 ਦੀ ਕੌਂਸਲਰ ਅੰਜੂ ਅਟਵਾਲ ਵੱਲੋਂ ਵਾਰਡ ਦੇ ਗੁਰੂ ਨਾਨਕ ਗੁਰਦੁਆਰਾ ਗਲੀ ਵਿੱਚ 1.5 ਲੱਖ ਦੀ ਲਾਗਤ ਨਾਲ ਇੰਟਰਲੋਕਿੰਗ ਟੈਲਾਂ ਲਾਉਣ ਦਾ ਕੰਮ ਸ਼ਨੀਵਾਰ ਨੂੰ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਅੰਜੂ ਅਟਵਾਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇੰਟਰਲੋਕਿੰਗ ਟੈਲਾਂ ਲਗਾਉਣ ਦੀ ਮੰਗ ਪੂਰੀ ਕੀਤੀ ਗਈ ਹੈ ਅਤੇ ਨਾਲ ਹੀ ਗੰਦੇ ਪਾਣੀ ਦੇ ਨਿਕਾਸ ਅਤੇ ਟੁੱਟੀਆਂ ਨਾਲੀਆਂ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ 'ਤੇ ਠੇਕੇਦਾਰ ਸਰੂਪ, ਭੁਪਿੰਦਰ ਕੌਰ, ਜਸਵਿੰਦਰ ਕੌਰ, ਜਸਜੀਤ ਜਿੰਦਰ ਕਾਲਾ ਮਸੀਹ ਅਤੇ ਹੋਰ ਵਾਰਡ ਵਾਸੀ ਮੌਜੂਦ। ਮੈਂ ਅੰਜੂ ਅਟਵਾਲ, ਕੌਂਸਲਰ ਵਾਰਡ ਨੰਬਰ 7। ਅੱਜ ਮੇਰੇ ਵਾਰਡ ਵਿੱਚ ਗੁਰੂ ਨਾਨਕ ਦਰਬਾਰ ਵਾਲੀ ਗਲੀ ਦੇ ਵਿੱਚ ਇੰਟਰਲੋਕ ਦਾ ਕੰਮ ਅਸੀਂ ਚਾਲੂ ਕਰਵਾਇਆ ਆ ਅਤੇ ਇਸ ਕੰਮ ਨੂੰ ਅਸੀਂ ਜਲਦੀ ਤੋਂ ਜਲਦੀ ਪੂਰਾ ਵੀ ਕਰਾਂਗੇ। ਅਤੇ ਇਹ ਜਿਹੜਾ ਰਸਤਾ ਸੀ ਇਹ ਬਹੁਤ ਖਰਾਬ ਸੀ ਅਤੇ ਲੋਕਾਂ ਨੂੰ ਇਸ 'ਤੇ ਆਉਣ ਜਾਣ ਦੀ ਬਹੁਤ ਪ੍ਰੋਬਲਮ ਹੁੰਦੀ ਸੀ, ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਇੱਥੇ ਬਹੁਤ ਪਾਣੀ ਖੜ੍ਹਦਾ ਸੀ ਅਤੇ ਲੋਕੀ ਬਹੁਤ ਪਰੇਸ਼ਾਨ ਸੀ ਅਤੇ ਲੋਕਾਂ ਦੀ ਮੰਗ, ਭਾਰੀ ਮੰਗ ਕਰਕੇ ਅਸੀਂ ਇਸ ਰਸਤੇ 'ਤੇ ਇੰਟਰਲੋਕ ਦਾ ਕੰਮ ਚਾਲੂ ਕਰਵਾ ਦਿੱਤਾ ਆ ਜਿਹੜੀ ਕਿ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਣੀ ਆ। ਇਸ ਦੇ ਨਾਲ ਹੀ ਮੇਰੇ ਵਾਰਡ ਵਿੱਚ ਹੋਰ ਵੀ ਜਿਹੜੀਆਂ ਗਲੀਆਂ ਨਾਲੀਆਂ ਰਹਿੰਦੀਆਂ ਆ ਪੱਕੀਆਂ ਹੋਣ ਨੂੰ, ਉਹਨਾਂ ਦਾ ਕੰਮ ਵੀ ਅਸੀਂ ਜਲਦੀ ਤੋਂ ਜਲਦੀ ਕਰਵਾਵਾਂਗੇ। ਅਤੇ ਨਾਲ ਹੀ ਮੇਰੇ ਵਾਰਡ ਵਿੱਚ ਅਸੀਂ ਪਾਰਕ ਵੀ ਅਸੀਂ ਤਿਆਰ ਕਰਵਾ ਰਹੇ ਹਾਂ ਅਤੇ ਉਹਦਾ ਕੰਮ ਵੀ ਬਹੁਤ ਜ਼ੋਰ ਨਾਲ ਚੱਲਦਾ ਪਿਆ ਆ ਅਤੇ ਉਹ ਵੀ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਣੀ ਆ ਅਤੇ ਲੋਕ ਉਹਦਾ ਫਾਇਦਾ ਉਠਾਉਣਗੇ। ਅਤੇ ਇਸ ਦੇ ਨਾਲ ਹੀ ਇਹ ਕੰਮ ਅਸੀਂ ਜਿਹੜੇ ਅਸੀਂ ਕਰਵਾ ਰਹੇ ਹਾਂ, ਮੈਂ ਚਾਹੁੰਦੀ ਹਾਂ ਕਿ ਮੇਰਾ ਜਿਹੜਾ ਵਾਰਡ ਹੈ 7 ਨੰਬਰ, ਇਹ ਗੁਰਾਇਆ ਵਿੱਚ ਸਭ ਤੋਂ ਸੋਹਣਾ ਵਾਰਡ ਵਿੱਚੋਂ ਗਿਣਿਆ ਜਾਵੇ।